ਪੈਣਾ ਬਜ਼ੁਰਗ ਸਭ ਤੋਂ ਪਹਿਲਾਂ ਮੈਂ ਫਤਿਹ ਅਰਜ਼ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰਸ ਦਾ ਮੈਂ ਖਾਸ ਤੌਰ ਤੇ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਸਾਡੇ ਛੋਟੇ ਜਿਹੇ ਉਪਰਾਲੇ ਦੇ ਵਿੱਚ ਕਰਨ ਦੇ ਵਿੱਚ ਸਾਡੀ ਬਹੁਤ ਮਦਦ ਕੀਤੀ ਹੈ ਮੈਂ ਕੀ ਨਾਮ ਸੀ ਡਾਕਟਰ ਮੈਂ ਡਾਕਟਰ ਮੋਨਿਕਾ ਨੂੰ ਤੇ ਡਾਕਟਰਸ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਇੱਕ ਐਨ ਜੀ ਓ ਪਿਛਲੇ ਸਾਲ ਨਵੰਬਰ ਦੇ ਵਿੱਚ ਸ਼ੁਰੂ ਕੀਤੀ ਹੈ ਇਹ ਉਸੇ ਐਨ ਜੀ ਓ ਦੇ ਦੌਰਾਨ ਮੈਂ ਉਸੇ ਐਨ ਜੀ ਓ ਦੇ ਵਿੱਚ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਸਿਹਤ ਸੰਭਾਲ ਮੁਹਿੰਮ ਜਿਸ ਮੁਹਿੰਮ ਦੇ ਅਧੀਨ ਮੈਂ ਨੌਵਾਂ ਕੈਂਪ ਲਗਾ ਰਹੀ ਹਾਂ ਪਿਛਲੇ ਸੱਤ ਕੈਂਪ ਲੱਗੇ ਨੇ ਅੱਖਾਂ ਦੇ ਜਿਹਦੇ ਵਿੱਚ ਆਲਮੋਸਟ 400 ਸਰਜਰੀ ਕੀਤੀ ਹੈ ਅਸੀਂ ਅਲੱਗ ਅਲੱਗ ਪੇਸ਼ੈਂਟਸ ਦੀ ਅਤੇ ਬੜੀ ਖੁਸ਼ੀ ਨਾਲ ਦੱਸ ਰਹੀ ਹਾਂ ਕਿ 400 ਦੀ 400 ਸਰਜਰੀ 100% ਸਕਸੈਸਫੁਲ ਰਹੀ ਇੱਕ ਵੀ ਕੇਸ ਨਹੀਂ ਹੋਇਆ ਜਿਹਦੇ ਵਿੱਚ ਕਿਸੇ ਪੇਸ਼ੈਂਟ ਨੂੰ ਤਕਲੀਫ ਆਈ ਹੋਵੇ ਜਾਂ ਫਿਰ ਸਰਜਰੀ ਸਕਸੈਸਫੁਲ ਨਾ ਹੋਈ ਹੋਵੇ ਇਹ ਗਾਇਨੋਕੋਲੋਜੀ ਦਾ ਮੈਂ ਪਹਿਲਾ ਕੈਂਪ ਲਾ ਰਹੀ ਹਾਂ ਔਰਤਾਂ ਦੀਆਂ ਤਕਲੀਫਾਂ ਦਾ ਜਿਹਨੂੰ ਮੈਂ ਆਮ ਸਧਾਰਨ ਲਫ਼ਜ਼ਾਂ ਵਿੱਚ ਯੂਜ਼ ਕਰਾਂ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਜਿਸ ਕਰਕੇ ਇਹ ਕੈਂਪ ਲਾ ਰਹੀ ਹਾਂ ਉਹ ਹੈ ਇੱਕ ਬਿਮਾਰੀ ਹੁੰਦੀ ਹੈ ਇੱਕ ਤਰ੍ਹਾਂ ਦਾ ਕੈਂਸਰ ਹੁੰਦਾ ਜਿਹਨੂੰ ਕਹਿੰਦੇ ਆ ਸਰਵਿਕਲ ਕੈਂਸਰ ਔਰਤਾਂ ਦੇ ਵਿੱਚ ਹੋਣ ਵਾਲਾ ਇਹ ਦੂਜਾ ਸਭ ਤੋਂ ਵੱਧ ਹੋਣ ਵਾਲਾ ਕੈਂਸਰ ਹੈ ਤੇ ਇਹੀ ਇੱਕ ਕੈਂਸਰ ਹੈ ਜਿਹਦੀ ਪਹਿਲੀ ਸਟੇਜ ਤੇ ਜੇ ਪਤਾ ਲੱਗ ਜੇ ਕਿ ਇਸ ਤਰ੍ਹਾਂ ਦਾ ਕੈਂਸਰ ਕਿਸੇ ਔਰਤ ਨੂੰ ਹੈਗਾ ਤਾਂ ਉਹ 100% ਖਤਮ ਕੀਤਾ ਜਾ ਸਕਦਾ ਹੈ ਇੱਕ ਨਿੱਕੇ ਜਿਹੇ ਟੈਸਟ ਦਾ ਉਸ ਟੈਸਟ ਦਾ ਨਾਮ ਹੈ ਪੈਪਸਮੀਅਰ ਇਸ ਟੈਸਟ ਦੀ ਇੰਨੀ ਹਜੇ ਲੋਕਾਂ ਨੂੰ ਪਤਾ ਨਹੀਂ ਆਪਣੇ ਏਰੀਏ ਦੇ ਵਿੱਚ ਹਰ ਸਾਲ ਆਪਣੇ ਦੇਸ਼ ਦੇ ਵਿੱਚ 68,000 ਮੌਤਾਂ ਔਰਤਾਂ ਦੀਆਂ ਸਰਵਿਕਲ ਕੈਂਸਰ ਕਰਕੇ ਹੁੰਦੀਆਂ ਤੇ ਇਹ ਮੌਤਾਂ ਦਾ ਨੰਬਰ ਅੱਧਾ ਰਹਿ ਸਕਦਾ ਹੈ ਜੇ ਇੱਕ ਪੈਪਸਮੀਅਰ ਟੈਸਟ ਹਰ ਔਰਤ ਕਰਾਉਣ ਲੱਗ ਪਏ 3 ਸਾਲਾਂ ਬਾਅਦ ਇਸ ਟੈਸਟ ਨੂੰ ਕਰਾਉਣ ਦੀ ਲੋੜ ਪੈਂਦੀ ਹੈ ਮੇਰੀ ਸਾਰੀਆਂ ਮਾਵਾਂ ਅਤੇ ਭੈਣਾਂ ਅੱਗੇ ਇੱਕ ਹੱਥ ਬੰਨ ਕੇ ਬੇਨਤੀ ਹੈ ਕਿ ਤੁਸੀਂ ਆਪ ਵੀ ਇਹ ਟੈਸਟ ਕਰਾਇਆ ਕਰੋ 3 ਸਾਲਾਂ ਬਾਅਦ ਕਰਾਉਣਾ ਪੈਂਦਾ ਹਰ ਸਾਲ ਨਹੀਂ ਕਰਾਉਣਾ ਪੈਂਦਾ ਅਤੇ ਆਪਦੀਆਂ ਧੀਆਂ ਨੂੰ ਇਸ ਚੀਜ਼ ਦੀ ਮਦਦ ਦਿਓ ਕਿ ਉਹ ਇਹ ਟੈਸਟ ਜ਼ਰੂਰ ਕਰਾਉਣ ਇਹ ਬਹੁਤ ਜ਼ਰੂਰੀ ਟੈਸਟ ਹੈ ਜਿਸ ਵੀ ਘਰ ਦੇ ਵਿੱਚ ਕੈਂਸਰ ਵਰਗੀ ਬਿਮਾਰੀ ਬਣ ਜਾਂਦੀ ਹੈ ਨਾ ਉਹ ਸਾਰਾ ਕੁਛ ਖਾਲੀ ਕਰਕੇ ਲੈ ਜਾਂਦੀ ਹੈ ਜ਼ਮੀਨਾਂ ਜਾਇਦਾਦ ਤਾਂ ਬੰਦਾ ਰੋਟੀ ਤੋਂ ਵੀ ਰਹਿ ਜਾਂਦਾ ਇੱਡੀ ਭੈੜੀ ਬਿਮਾਰੀ ਹੈ ਅਤੇ ਬੰਦਾ ਫਿਰ ਵੀ ਨਹੀਂ ਬਚਦਾ ਸਾਰਾ ਘਰ ਲੱਗ ਜਾਂਦਾ ਬੰਦਾ ਫਿਰ ਵੀ ਨਹੀਂ ਬਚਦਾ ਅਤੇ ਇਹ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਔਰਤਾਂ ਦੀ ਸਿਹਤ ਵਾਸਤੇ ਦੇਖੋ ਤੁਸੀਂ ਜਿੰਨੀਆਂ ਇੱਥੇ ਬੈਠੀਆਂ ਹੋ ਨਾ ਆਪੋ ਆਪਣੇ ਘਰ ਸੰਭਾਲਦੀਆਂ ਹੋ ਆਪਦੇ ਬੱਚਿਆਂ ਵਾਸਤੇ ਆਪਦੇ ਘਰ ਵਾਲਿਆਂ ਵਾਸਤੇ ਆਪਦੇ ਮਾਂ ਬਾਪ ਵਾਸਤੇ ਕਿੰਨੀ ਮਿਹਨਤ ਕਰਦੇ ਹੋ ਤੁਸੀਂ ਲੋਕ ਅਤੇ ਜੇ ਉਦੋਂ ਅੱਧਾ ਆਈ ਆਪਦੀ ਸਿਹਤ ਬਾਰੇ ਸੋਚਣ ਲੱਗ ਪਓ ਨਾ ਤੇ ਘਰ ਵਿੱਚ ਖੁਸ਼ਹਾਲੀ ਤੁਹਾਡੇ ਘਰਾਂ 'ਚ ਖੁਸ਼ਹਾਲੀ ਡਬਲ ਹੋ ਜੂਗੀ ਜਿਸ ਘਰ ਦੀ ਔਰਤ ਖੁਸ਼ ਹੈ ਨਾ ਉੱਥੇ ਖੁਸ਼ੀ ਦੁੱਗਣੀ ਹੋ ਜਾਂਦੀ ਹੈ ਤੁਹਾਡੇ ਸਾਰਿਆਂ ਜਿੰਨੀ ਇੱਥੇ ਬੈਠੀ ਹੋ ਤੁਹਾਡੇ ਸਾਰਿਆਂ ਦੇ ਸਿਰਾਂ 'ਤੇ ਘਰ ਜਾਂਦੀ ਹੈ ਭਾਵੇਂ ਤੁਹਾਨੂੰ ਤੁਹਾਡੇ ਘਰ ਵਾਲੇ ਕਹਿੰਦੇ ਹੈ ਜਾਂ ਨਹੀਂ ਕਹਿੰਦੇ ਮੈਂ ਕਹਿੰਦੀ ਹੈ ਤੁਹਾਡੇ ਸਾਰਿਆਂ ਦੇ ਸਿਰਾਂ 'ਤੇ ਘਰ ਜਾਂਦੇ ਆ ਅਤੇ ਜਿੰਨੇ ਬੰਦੇ ਸਾਰਾ ਦਿਨ ਕੰਮਾਂ 'ਤੇ ਤੁਰੇ ਫਿਰਦੇ ਆ ਨਾ ਤੁਹਾਡੇ ਸਾਰਿਆਂ ਦੇ ਸਿਰ 'ਤੇ ਤੁਰੇ ਫਿਰਦੇ ਆ ਕਿਉਂਕਿ ਤੁਸੀਂ ਘਰ ਸਾਂਭਣ ਵਾਲੀਆਂ ਬੈਠੇ ਹੋ ਬੱਚੇ ਪਾਲਣ ਵਾਲੀਆਂ ਬੈਠੇ ਹੋ ਤੁਹਾਨੂੰ ਸਲਾਮ ਕਰਨੀ ਤੁਹਾਡੇ ਸਾਰਿਆਂ ਦੇ ਸਿਰ ਤੇ ਦੇਸ਼ ਚੱਲਦਾ ਹੈ ਕੋਈ ਨਹੀਂ ਦੱਸਦਾ ਇਹ ਗੱਲ ਔਰਤਾਂ ਨੂੰ ਇਹ ਗੱਲ ਕੋਈ ਨਹੀਂ ਕਹਿੰਦਾ ਇਹ ਕਹਿ ਦਿੰਦੇ ਕੋਈ ਨਹੀਂ ਤੇਰੇ ਬਿਨਾਂ ਸਰਦ ਪਰ ਜਿੱਦਣ ਚਲੀ ਜਾਂਦੀ ਹੈ ਨਾ ਉਦਣ ਪਤਾ ਲੱਗ ਜਾਂਦਾ ਤੁਹਾਡੇ ਸਾਰਿਆਂ ਦੀ ਬਹੁਤ ਲੋੜ ਹੈ ਇਹ ਤੁਹਾਡੇ ਸਾਰਿਆਂ ਵਾਸਤੇ ਕੈਂਪ ਲਾਇਆ ਜਾ ਰਿਹਾ ਹੈ ਇਹ ਜਿਹੜੀ ਐਨ ਜੀ ਓ ਸ਼ੁਰੂ ਕੀਤੀ ਹੈ ਤੇ ਖਾਸ ਔਰਤਾਂ ਅਤੇ ਬੱਚਿਆਂ ਵਾਸਤੇ ਸ਼ੁਰੂ ਕੀਤੀ ਹੈ ਇਸ ਐਨ ਜੀ ਓ ਨੂੰ ਕਾਮਯਾਬ ਬਣਾਉਣ ਦੇ ਵਿੱਚ ਤੁਹਾਡਾ ਸਾਰਿਆਂ ਦਾ ਬੜਾ ਵੱਡਾ ਹੱਥ ਹੈ ਸੋ ਤੁਸੀਂ ਸਿਰਫ ਆ ਕੇ ਕੈਂਪਾਂ ਤੇ ਪਹੁੰਚਿਆ ਕਰੋ ਤੇ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਕਰੋ ਇਹਨਾਂ ਕੈਂਪਸ ਤੋਂ ਬਿਨਾਂ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਸਰੀਰਕ ਤਕਲੀਫ ਹੈ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੈ ਜਿਹਦਾ ਤੁਸੀਂ ਇਲਾਜ ਨਹੀਂ ਕਰਵਾ ਸਕਦੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਬੇਝਿਜਕ ਮੈਨੂੰ ਘਰੇ ਆ ਕੇ ਮਿਲੋ ਜਿਹੜੇ ਵੀ ਪੇਸ਼ੈਂਟਸ ਘਰੇ ਆਉਂਦੇ ਆ ਜਿਨ੍ਹਾਂ ਦਾ ਇਲਾਜ ਪੋਸੀਬਲ ਹੈ ਇਹਨਾਂ ਕੈਂਪਾਂ ਤੋਂ ਬਾਹਰ ਜ਼ਰੂਰੀ ਨਹੀਂ ਸਿਰਫ ਇਸ ਇਹ ਕੈਂਪ ਲਾਇਆ ਅਤੇ ਇਸੇ ਦਾ ਇਲਾਜ ਕਰਾਉਣਾ ਇਸ ਤੋਂ ਬਿਨਾਂ ਵੀ ਜੇ ਕਿਸੇ ਨੂੰ ਕੋਈ ਬਿਮਾਰੀ ਹੈ ਇਲਾਜ ਨਹੀਂ ਤੁਸੀਂ ਅਫੋਰਡ ਕਰਦੇ ਘਰੇ ਆਓ ਉਹਨਾਂ ਦਾ ਇਲਾਜ ਕਰਾਉਣੀ ਹੈ ਮੈਂ ਘਰੇ ਹਰ ਤਰ੍ਹਾਂ ਦੇ ਪੇਸ਼ੈਂਟ ਦਾ ਇਲਾਜ ਕਰਾਉਣੀ ਹੈ ਅਤੇ ਘਰੇ ਬੇਝਿਜਕ ਚੱਲ ਕੇ ਆਇਆ ਕੋਈ ਨਹੀਂ ਰੋਕਦਾ ਵੈਸੇ ਤਾਂ ਡਾਕਟਰਸ ਬੜੇ ਸਾਰੇ ਬਹੁਤ ਸਪੋਰਟਿਵ ਹੈ
ਬੜੀ ਪੇਸ਼ੈਂਟਸ ਦੀ ਮਦਦ ਕਰਦੇ ਆ ਪਰ ਜੇ ਕਿਤੇ ਤੁਹਾਨੂੰ ਇਹ ਲੱਗਦਾ ਕਿ ਕਿਸੇ ਡਾਕਟਰ ਨੇ ਗੱਲ ਨਹੀਂ ਸੁਣੀ ਜਾਂ ਇਲਾਜ ਪੋਸੀਬਲ ਹੈ ਤੇ ਤੁਹਾਡਾ ਨਹੀਂ ਕੀਤਾ ਪਲੀਜ਼ ਮੈਨੂੰ ਕਦੀ ਮਰਜ਼ੀ ਆ ਕੇ ਮਿਲੋ ਤੁਸੀਂ ਆ ਕੇ ਦੱਸੋ ਤੁਹਾਡਾ ਇਲਾਜ ਮੈਂ ਕਰਾਉਂਗਾ ਤੇ ਅੱਜ ਡਾਕਟਰਸ ਟੈਸਟ ਕਰਨਗੇ ਵੈਬਸਪੀਅਰ ਜਿੰਨੀਆਂ ਇੱਥੇ ਭੈਣਾਂ ਮਾਵਾਂ ਬੈਠੀਆਂ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਪਲੀਜ਼ ਕਰਵਾ ਕੇ ਜਾਇਆ ਜੀ 24 ਘੰਟਿਆਂ ਦੇ ਵਿੱਚ ਰਿਪੋਰਟ ਆ ਜਾਂਦੀ ਹੈ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੈਬਸਪੀਅਰ ਟੈਸਟ ਫ੍ਰੀ ਹੁੰਦਾ ਹੈ ਤੁਸੀਂ ਹਰ 3 ਸਾਲਾਂ ਬਾਅਦ ਇਹ ਟੈਸਟ ਕਰਵਾਇਆ ਕਰੋ ਜੇ ਇਹਦੀ ਪਹਿਲੀ ਸਟੇਜ 'ਤੇ ਪਤਾ ਲੱਗ ਜਾਏ ਕਿ ਕਿਸੇ ਬੰਦੇ ਨੂੰ ਕੈਂਸਰ ਹੈ ਤਾਂ 100% ਇਹਦਾ ਇਲਾਜ ਪੋਸੀਬਲ ਹੈ ਇਹਦਾ ਕੈਂਸਰ ਹੈ ਜਿਹਦਾ ਇਲਾਜ ਹੋ ਸਕਦਾ ਹੈ ਅਤੇ ਅੱਜ ਸਾਰੇ ਆਪਦਾ ਟੈਸਟ ਕਰਵਾ ਕੇ ਜਾਇਆ ਜੀ ਪਰਸੋਂ ਕਿਉਂਕਿ ਅੱਜ ਟੈਸਟ ਕਰਵਾਉਣ ਵਾਲੇ ਲੋਕਾਂ ਦਾ ਨੰਬਰ ਜ਼ਿਆਦਾ ਹੈ ਭੈਣਾਂ ਜ਼ਿਆਦਾ ਇਕੱਠੀਆਂ ਹੋਈਆਂ ਗਈਆਂ ਤਾਂ ਹੋ ਸਕਦਾ ਕਿ ਰਿਪੋਰਟ ਪਰਸੋਂ ਤੱਕ ਆਵੇ ਆਪਦੀ ਰਿਪੋਰਟ ਲੈ ਕੇ ਜਾਇਆ ਜੀ ਅਤੇ ਟਾਈਮ ਟੂ ਟਾਈਮ ਆਪਦੇ ਟੈਸਟ ਕਰਵਾਉਂਦੇ ਰਿਹਾ ਕਰੋ ਇਹ ਮੈਂ ਗਾਇਨੋਕੋਲੋਜੀ ਦੇ ਕੈਂਪ ਸਾਰੇ ਪਿੰਡਾਂ 'ਚ ਲਾਉਂਗੀ ਦੂਸਰਾ ਕੈਂਪ ਕੱਲ੍ਹ ਨੂੰ ਲਾ ਰਹੀ ਹੈ 2 ਪਿੰਡ ਦੇ ਵਿੱਚ ਜੇ ਤੁਹਾਨੂੰ ਕੋਈ ਤੁਹਾਡੇ ਰਿਸ਼ਤੇਦਾਰ ਹੈ ਕੋਈ ਭੈਣਾਂ ਹੈ ਕੋਈ ਜਾਣ ਪਛਾਣ ਵਾਲੀਆਂ ਜਿਹੜੀਆਂ ਉੱਥੇ ਪਹੁੰਚ ਸਕਦੀਆਂ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਪਲੀਜ਼ ਉਹਨਾਂ ਨੂੰ ਜ਼ਰੂਰ ਦੱਸਿਆ ਜੇ ਤਾਂ ਕਿ ਉਹ ਉਸ ਕੈਂਪ ਦਾ ਆਪਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਣ ਉੱਥੇ ਆ ਕੇ ਟੈਸਟ ਫ੍ਰੀ ਕਰਾ ਸਕਣ ਹਰ ਤਰ੍ਹਾਂ ਦੇ ਟੈਸਟ ਕੀਤੇ ਜਾ ਰਹੇ ਹੈ ਜਿਹਨੂੰ ਕਿਸੇ ਤਰ੍ਹਾਂ ਦੀ ਤਕਲੀਫ ਹੈ ਬੈਠੇ ਹੀ ਹੈ ਹਜੇ 1/2 ਘੰਟਾ ਮੈਨੂੰ ਆ ਕੇ ਮਿਲ ਲਿਆ ਜੇ ਕਿਸੇ ਹੋਰ ਤਰ੍ਹਾਂ ਦੀ ਤਕਲੀਫ ਹੈ ਇਸ ਤੋਂ ਬਿਨਾਂ ਇਸ ਕੈਂਪ ਤੋਂ ਬਿਨਾਂ ਕਿਸੇ ਨੂੰ ਕੋਈ ਹੋਰ ਕਿਸੇ ਦੀ ਪੈਨਸ਼ਨ ਰੁਕੀ ਵੀ ਹੈ ਕਿਸੇ ਦੀ ਕੋਈ ਸ਼ਗਨ ਸਕੀਮ ਦੇ ਪੈਸੇ ਨਹੀਂ ਆਏ ਤਾਂ ਪਲੀਜ਼ ਆ ਕੇ ਦੱਸਿਆ ਜੇ ਕਿਸੇ ਦੇ ਫੋਨ 'ਚ ਕੋਈ ਕਮੀ ਆ ਪੂਰੀ ਕਰਕੇ ਅਤੇ ਉਹ ਦਵਾਵਾਂਗੇ ਤੁਹਾਡਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ